ਇਹਦੀ ਕੋਈ ਜ਼ਰੂਰਤ ਨਹੀਂ ਸੀ ਨੋਟਬੰਦੀ ਦੀ ਇਹਰੇ ਨਾਲ ਨੁਕਸਾਨ ਹੋਇਆ ਦੇਸ਼ ਦਾ ਆਰਥਿਕ ਮੰਦੀ ਦਾ ਦੌਰ ਸ਼ੁਰੂ ਹੋਇਆ ਅੱਜ ਦੇਸ਼ ਦੇ ਅੰਦਰ ਮੈਂ ਸਮਝਦਾ ਹਾਂ ਕਿ ਇਕਨੋਮੀ ਦਾ ਜੇ ਮਾੜਾ ਹਾਲ ਹੋਇਆ ਤੇਰੀ ਸ਼ੁਰੂਆਤ ਜਦੋਂ ਨੋਟਬੰਦੀ ਸ਼ੁਰੂ ਹੋਈ ਉਦੋਂ ਹੋਈ ਪਰ ਅੱਜ ਜਿਹੜੇ ਨੋਟ ਨੂੰ ਬਣਾਉਣ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬਹੁਤ ਜ਼ੋਰ ਲਾਇਆ ਔਰ ਰਾਤ ਨੂੰ ਇਹ ਐਲਾਨ ਕੀਤਾ ਸੀ ਕਿ ਅੱਜ ਰਾਤ ਕੇ ਬਾਅਦ ਪਰਾਨੇ ਨੋਟ ਬੰਦ ਕਰ دیے ਜਾਣਗੇ। ਅਤੇ ਲੋਕਾਂ ਨੂੰ ਬੜੀ ਹੈਰਾਨੀ ਸੀ ਹਜੇ ਤੱਕ ਲੋਕਾਂ ਨੂੰ ਸਮਝ ਨਹੀਂ ਆਈ ਕਿੰਨਾ ਹਜ਼ਾਰਾਂ ਕਰੋੜ ਰੁਪਇਆ ਇਹਦੇ ਤੇ ਖਰਚ ਕਰਤਾ ਨਵੇਂ ਨੋਟ ਬਣਾਉਣ ਤੇ। ਤੋਂ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਸੀਰੀਅਸਨੈਸ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹੋ ਜਿਹੀਆਂ ਚੀਜ਼ਾਂ ਬਾਰੇ ਬਹੁਤ ਵਿਚਾਰ ਕਰਨਾ। ਅਤੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਹਰ ਫੀਲਡ ਦੇ ਮਾਸਟਰ ਹੋ। ਜ਼ਰੂਰੀ ਨਹੀਂ ਹੈ ਕਿ ਤੁਸੀਂ ਅਗਰ ਸਟੇਜ ਤੇ ਚੜ ਕੇ ਭਾਸ਼ਣ ਦੇ ਦਿਨੇ ਹੋ ਤੇ ਦੋਨੋਂ ਦੇਸ਼ ਦੀ ਇਕਨੋਮੀ ਦੇ ਬਾਰੇ ਨੌਲੇਜ ਹੋਵੇ ਤੁਹਾਨੂੰ ਆਰਬੀਆਈ ਦੇ ਬਾਰੇ ਨੌਲੇਜ ਹੋਵੇ ਸੋ ਆਪਣੀ ਹਮੇ ਦੇ ਵਾਸਤੇ ਆਪਣੀ ਮਾਂ ਦੇ ਵਾਸਤੇ ਤੁਸੀਂ ਦੇਸ਼ ਦਾ ਬਹੁਤ ਵੱਡਾ ਨਿਸ਼ਾਨਾ ਕਰ ਰਹੇ ਹੋ ਜਦੋਂ ਬੰਦ ਕਰੇ ਕੋਰਟ ਦੇ ਹੋ ਕੋ ਨਵਾਂ ਨੋਟ ਬਣਾ ਦੇਂਗੇ ਜਿਵੇਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਫੋਟੋ ਲੱਗ ਜਾਏ ਕਿਸੇ ਨੂੰ ਲੱਗਦਾ ਕਿ ਇਹ ਕੋਈ ਚੰਗੀ ਗੱਲ ਨਹੀਂ ਇਹਦੇ ਨਾਲ ਆਉਣ ਵਾਲੇ ਆਦੇਸ਼ ਦੇ ਵਿੱਚ ਦੇਸ਼ ਦੇ ਫਾਰਮ ਵਾਲੇ ਕਾਪੀ ਤੇ ਪੈ ਨਹੀਂ ਦੇਸ਼ ਤੇ ਬਾਤ ਮਾਰੇ ਹਾਂ ਆਜੇ 85 ਰੁਪਏ ਡਾਲਰ ਹੋ ਗਿਆ ਇਹਨਾਂ ਦਾ ਮਤਲਬ ਕਿ ਸਾਡਾ ਰੁਪਇਆ ਹੋਰ ਮੰਦਾ ਬਿਲਕੁਲ ਵੇਖੋ ਪਹਿਲਾਂ ਡੀਮੋਨਟਾਈਜੇਸ਼ਨ ਹੋਈ ਜਾਨੀ ਕਿ ਨੋਟ ਬੰਦੀ ਹੋਈ ਔਰ ਬਹੁਤ ਸਾਰੇ ਦੇਸ਼ ਦੇ ਲੋਕਾਂ ਨੂੰ ਉਰੀ ਤਕਲੀਫ ਤੇ ਪੀੜਾ ਚੱਲਣੀ ਪਈ ਕਈ ਲੋਕਾਂ ਦੀ ਮੌਤ ਹੋ ਗਈ ਆਪਣਾ ਇਲਾਜ ਕਰਨnse ਆਪਣੇ ਹੀ ਪੈਸੇ 2000 ਰੁਪਏ ਲੈਣnse ਲਾਈਨਾਂ ਚ ਕਤਾਰਾਂ ਚ ਖੜਾ ਹੋਣਾ ਪਿਆ ਔਰ ਕਈ ਕਈ ਘੰਟੇ ਖੜਾ ਹੋਣ ਦੇ ਬਾਅਦ ਵੀ ਉਹ 2000 ਰੁਪਏ ਦਾ ਨੋਟ ਰੋ ਲਿਆ ਜਦ ਕਿ ਉਦੋਂ ਇਹ ਸੀਗਾ ਕਿ ਇਹਦੇ ਨਾਲ ਜਿਹੜਾ ਕਾਲਾ ਤੰਨਾ ਦੇਸ਼ ਦਾ ਉਹ ਨਿਕਲ ਜਾਏਗਾ ਚਲੋ ਲੋਕਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਹਿਨ ਤੇ ਲੋਕਾਂ ਦੀ ਕਤਾਰਾਂ ਚ ਖੜੇ ਰਹੇ ਹਾਲਾਂਕਿ ਅਸੀਂ ਉਦੋਂ ਵੀ ਵਿਰੋਧ ਕੀਤਾ ਸੀ ਕਿ ਇਹਦੀ ਕੋਈ ਜ਼ਰੂਰਤ ਨਹੀਂ ਸੀ ਨੋਟਬੰਦੀ ਦੀ ਏਰੇ ਨਾਲ ਨੁਕਸਾਨ ਹੋਇਆ ਦੇਸ਼ ਦਾ ਆਰਥਿਕ ਮੰਦੀ ਦਾ ਦੌਰ ਸ਼ੁਰੂ ਹੋਇਆ ਅੱਜ ਦੇਸ਼ ਦੇ ਅੰਦਰ ਮੈਂ ਸਮਝਦਾ ਹਾਂ ਕਿ ਇਕਨੋਮੀ ਦਾ ਜੇ ਮਾੜਾ ਹਾਲ ਹੋਇਆ ਤੇ ਇਹਦੀ ਸ਼ੁਰੂਆਤ ਜਦੋਂ ਨੋਟਬੰਦੀ ਸ਼ੁਰੂ ਹੋਈ ਉਦੋਂ ਹੋਈ ਪਰ ਅੱਜ ਜਿਹੜੇ ਨੋਟ ਨੂੰ ਬਣਾਉਣ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬਹੁਤ ਜ਼ੋਰ ਲਾਇਆ ਔਰ ਰਾਤ ਨੂੰ ਇਹ ਐਲਾਨ ਕੀਤਾ ਸੀ ਕਿ ਅੱਜ ਰਾਤ ਕੇ ਬਾਅਦ ਪੁਰਾਣੇ ਨੋਟ ਬੰਦ ਕਰ دیے ਜਾਣਗੇ ਔਰ ਲੋਕਾਂ ਨੂੰ ਬੜੀ ਹੈਰਾਨੀ ਸੀ ਹਜੇ ਤੱਕ ਲੋਕਾਂ ਨੂੰ ਸਮਝ ਨਹੀਂ ਆਈ ਕਿੰਨਾ ਹਜ਼ਾਰਾਂ ਕਰੋੜ ਰੁਪਏ ਇਹਦੇ ਤੇ ਖਰਚ ਕਰਤਾ ਨਵੇਂ ਨੋਟ ਬਣਾਉਣ ਤੇ ਹਜ਼ਾਰਾਂ ਕਰੋੜ ਰੁਪਏ ਖਰਚ ਉਹਦੇ ਚੋਂ ਪ੍ਰਾਪਤੀ ਕੁਝ ਨਹੀਂ ਹੋਈ ਅੱਜ ਇਹ ਅਚਨਚੇ ਤੇ ਇਹ ਕਹਿ ਦਿੱਤਾ ਗਿਆ ਕਿ ਹੁਣ ਨੋਟ ਬੰਦ 2000 ਰੁਪਏ ਦਾ ਨੋਟ ਵੀ ਬੰਦ ਹੋ ਜਾਏਗਾ ਸੋ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਸੀਰੀਅਸਨੈਸ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹੋ ਜਿਹੀਆਂ ਚੀਜ਼ਾਂ ਬਾਰੇ ਬਹੁਤ ਵਿਚਾਰ ਕਰਨ ਦੀ ਲੋੜ ਹੈ ਔਰ ਜ਼ਰੂਰੀ ਨਹੀਂ ਹੈ ਕਿ ਤੁਸੀਂ ਹਰ ਫੀਲਡ ਦੇ ਮਾਸਟਰ ਹੋਨੇ ਹੋ ਜ਼ਰੂਰੀ ਨਹੀਂ ਹੈ ਕਿ ਤੁਸੀਂ ਅਗਰ ਸਟੇਜ ਤੇ ਚੜ ਕੇ ਭਾਸ਼ਣ ਦੇ ਦਿਨੇ ਹੋ ਤੇ ਤੁਹਾਨੂੰ ਦੇਸ਼ ਦੀ ਇਕਨੋਮੀ ਦੇ ਬਾਰੇ ਨੋਲੇਜ ਹੋਵੇ ਤੁਹਾਨੂੰ ਆਰਬੀਆਈ ਦੇ ਬਾਰੇ ਨੋਲੇਜ ਹੋਵੇ ਸੋ ਆਪਣੀ ਹਮੇ ਦੇ ਵਾਸਤੇ ਆਪਣੀ ਮਾਂ ਦੇ ਵਾਸਤੇ ਤੁਸੀਂ ਦੇਸ਼ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਹੋ ਔਰ ਇਹ ਨਹੀਂ ਹੋਣਾ ਚਾਹੀਦਾ ਕਦੇ ਨੋਟ ਬੰਦ ਕਦੇ ਖੋਲ ਤੇ ਹੁਣ ਕੋਈ ਨਵਾਂ ਨੋਟ ਬਣਾ ਦੇਣਗੇ ਜਿਹਦੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਫੋਟੋ ਲੱਗ ਜਾਏਗੀ ਸੋ ਮੈਨੂੰ ਲੱਗਦਾ ਕਿ ਇਹ ਕੋਈ ਚੰਗੀ ਗੱਲ ਨਹੀਂ ਹੈ ਇਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਦੇਸ਼ ਤੇ ਹੋਰ ਮਾੜੇ ਹਾਲਾਤ ਹੋ ਜਾਣਗੇ ਪਹਿਲਾਂ ਹੀ ਦੇਸ਼ ਤੇ ਬਹੁਤ ਮਾੜੇ ਹਾਲਾਤ ਹੈ ਅੱਜ 85 ਰੁਪਏ ਡਾਲਰ ਹੋ ਗਿਆ ਕਹਿੰਦਾ ਮਤਲਬ ਕਿ ਸਾਡਾ ਰੁਪਿਆ ਹੋਰ ਮੰਦਾ ਹੋ ਗਿਆ ਇਸ ਤੋਂ ਵੱਧ ਸਾਡੇ ਦੇਸ਼ ਤੇ ਮਾੜੇ ਹਾਲਾਤ ਕੀ ਹੋਣਗੇ ਮੈਨੂੰ ਪਤਾ ਹੈ ਡਾਕਟਰ ਮਨਮੋਹਨ ਸਿੰਘ ਜੀ ਨੇ ਛੱਡਿਆ ਦੇਸ਼ ਅੱਜ ਤੋਂ 10 ਵਾਰੇ ਪਹਿਲਾਂ ਉਦੋਂ 45 ਰੁਪਏ ਦਾ ਡਾਲਰ ਹੁੰਦਾ ਸੀ ਤੇ ਅੱਜ 85 ਰੁਪਏ ਦਾ ਡਾਲਰ ਹੈ ਕਿੱਥੇ ਗੱਲ ਚਲੀ ਗਈ ਅੱਜ 골ਡ ਦਾ ਕੀ ਪਾ ਹੈ ਅੱਜ ਲੋਕਾਂ ਨੂੰ ਜੌਬਸ ਨਹੀਂ ਹੈ ਅੱਜ ਦੇਸ਼ ਦੇ ਇੰਨੇ ਮਾੜੇ ਹਾਲਾਤ ਐ ਮੈਨੂੰ ਤਾਂ ਲੱਗਦਾ ਕਿਸੇ ਦਿਨ ਸਾਡਾ ਦੇਸ਼ ਪਾਕਿਸਤਾਨ ਬਣ ਜਾਏਗਾ ਕੁਝ ਪਹਿਲਾਂ ਦੀ ਗੱਲ ਐ ਕਿ ਮਤਲਬ ਕਿ ਜਿਹੜਾ ਇੱਕ ਪਰ ਦਾ 1 ਰੁਪਿਆ ਤੇ 13 ਡਾਲਰ ਦੇ ਸਵਪਨ ਹੁੰਦੇ ਸੀ ਚਲੋ ਉਹ ਤਾਂ ਤੁਸੀਂ ਬਹੁਤ ਮੇਰੇ ਖਿਆਲ ਮੈਂ ਤਾਂ ਮੈਨੂੰ ਤਾਂ ਇਸ ਗੱਲ ਦਾ ਯਾਦ ਨਹੀਂ ਹੈ ਲੇਕਿਨ 45 ਰੁਪਏ ਡਾਲਰ ਡਾਕਟਰ ਮਨਮੋਹਨ ਸਿੰਘ ਦੇ ਸਮੇਂ ਜਾਨੀ ਕਿ 10 ਸਾਲ ਪਹਿਲਾਂ ਤੁਸੀਂ ਇੰਨਾ ਤੁਸੀਂ 10 ਸਾਲਾਂ ਦੇ ਵਿੱਚ ਅੱਜ 9 ਸਾਲ ਬੀਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਔਰ ਮੈਨੂੰ ਕਹਿੰਦੇ ਸੀ ਡਾਲਰ ਉਹ ਮੈਨੂੰ ਯਾਦ ਹੈ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਭਾਸ਼ਣ ਕਿ ਡਾਲਰ ਮਹਿੰਗਾ ਹੋ ਰਿਹਾ ਹੈ ਉਸਕੋ ਰੋਕਾ ਜਾ ਸਕਦਾ ਹੈ ਤੁਮ ਰੋਕ ਸਕਦੇ ਹੋ ਅੱਜ ਤੁਸੀਂ ਵੇਖ ਲਓ ਤੇ ਤੁਸੀਂ ਕੋਈ ਜਵਾਬ ਨਹੀਂ ਦੇ ਰਹੇ ਕਹਿੰਦਾ ਮਤਲਬ ਇਹ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕਿਸੇ ਪ੍ਰਕਾਰ ਦੀ ਨਿੰਦਾ ਨਹੀਂ ਕਰਦਾ ਕਿਉਂਕਿ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੈ ਲੇਕਿਨ ਇਹ ਜ਼ਰੂਰ ਕਹਿਣਾ ਚਾਹਾਂਗਾ ਉਹਨਾਂ ਨੂੰ ਕਿ ਯੂ ਆਰ ਨਾਟ ਮਾਸਟਰ ਇਨ एवरीथिंग ਹਰ ਚੀਜ਼ ਦੇ ਤੁਸੀਂ ਮਾਸਟਰ ਨਹੀਂ ਹੋ ਕੋਈ ਵੀ ਉੱਚ ਅਧਿਸ਼ਤ ਪ੍ਰਧਾਨ ਮੰਤਰੀ ਜਾਂ ਟਾਪ ਪੋਸਟ ਤੇ ਜਬ ਬੰਦਾ ਹੈ ਉਹ ਉਹਨੂੰ ਹਰ ਚੀਜ਼ ਦੀ ਨੋਲੇਜ ਨਹੀਂ ਹੈ ਹਰ ਫੀਲ ਦੀ ਤੁਹਾਨੂੰ ਖੇਤੀ ਦੇ ਤੁਸੀਂ ਕਾਨੂੰਨ ਬਣਾਤੇ ਤੁਸੀਂ ਕਿਹਾ ਕਿ ਨਹੀਂ ਕਿਸਾਨ ਖੁਸ਼ਹਾਲ ਹੋਏਗਾ ਮੇਰੇ ਕੋ ਪਤਾ ਹੈ ਇਸ ਬਾਤ ਦਾ ਤੁਸੀਂ ਆਪਣੇ ਮੰਦੀ ਬਾਤ ਕਹਤੀ ਲੇਕਿਨ ਜਿਹੜਾ ਕਿਸਾਨ ਸੀਗਾ ਜਿਹੜਾ ਖੇਤੀ ਕਰਨ ਵਾਲਾ ਸੀਗਾ ਉਹ ਕਹਿੰਦਾ ਵੀ ਇਸ ਕਾਨੂੰਨ ਦੇ ਨਾਲ ਅਸੀਂ ਮਾਰੇ ਜਾਵਾਂਗੇ ਜਿਹੜਾ ਕਿਸਾਨ ਸੀਗਾ ਦੇਸ਼ ਦਾ ਕਿਸਾਨ ਨੂੰ ਤੁਸੀਂ 8 ਮਹੀਨੇ ਸਾਲ ਡੇਢ ਸਾਲ ਤੁਸੀਂ ਬਾਰਡਰ ਤੇ ਬਿਠਾਈ ਰੱਖਿਆ ਤੁਸੀਂ ਕਾਨੂੰਨ ਵਾਪਸ ਹੀ ਲੈਣਾ ਸੀ ਤੇ ਤੁਸੀਂ ਉਹਦੇ ਹੀ ਦੇਖੋ ਕਿ ਦੇਸ਼ ਦਾ ਕਿਸਾਨ ਇਹ ਡਿਮਾਂਡ ਕਰ ਰਿਹਾ ਤਾਂ ਵਾਪਸ ਕਰ ਲੇ ਸੋ ਸੇਮ ਤੁਸੀਂ ਨਵੀਂ ਪਾਰਲੀਮੈਂਟ ਬਣਾ ਲਈ ਦੇਸ਼ ਦੀ ਨਵੀਂ ਪਾਰਲੀਮੈਂਟ ਤੇ ਕਰੋੜਾਂ ਰੁਪਏ ਹਰ ਬਰ ਰੁਪਏ ਲੱਗ ਗਿਆ ਹਾਂ ਇਹ ਜ਼ਰੂਰ ਹੈ ਕਿ ਮੇਰੇ ਸਮੇਂ ਮੇਂ ਦੇਸ਼ ਕੀ ਨਹੀਂ ਹਮਨੇ ਪਾਰਲੀਮੈਂਟ ਬਣਾਈ ਪਾਰਲੀਮੈਂਟ 70 ਸਾਲਾਂ ਤੋਂ ਜਿਹੜੀ ਪਾਰਲੀਮੈਂਟ ਚੱਲਦੀ ਆ ਰਹੀ ਹੈ ਉਹਦੇ ਵਿੱਚ ਦੇਸ਼ ਦਾ ਸੰਵਿਧਾਨ ਬਣਿਆ ਉੱਥੇ ਬਾਬਾ ਸਾਹਿਬ ਉਮੀਦ ਕਰੇ ਨਹੀਂ ਬੈਠੇ ਉੱਥੇ ਜਵਾਲਾ ਨਰੂ ਹਰਾ ਨੇ ਹਾਂ ਕਾਨੂੰਨ ਬਣਾਏ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਨਵੀਂ ਜਿਹੜੀ ਪਾਰਲੀਮੈਂਟ ਚ ਹੈ ਉੱਥੇ ਕਿਸੇ ਨੂੰ ਬੋਲਣ ਦਾ ਅਧਿਕਾਰ ਨਹੀਂ ਆ ਤੁਹਾਡੇ ਸਾਹਮਣੇ ਰਾਹੁਲ ਗਾਂਧੀ ਜੋ ਬੋਲੇ 2 ਸਾਲ ਦੀ ਸਜ਼ਾ ਹੋ ਗਈ ਉਹਨਾਂ ਨੂੰ ਉਹਨਾਂ ਨੂੰ ਡਿਸਕਵਾਲਿਫਾਈਡ ਕਰਤਾ ਪਾਰਲੀਮੈਂਟ ਹੋਵੇ ਚਾਹੇ ਪੁਰਾਣਾ ਕਾਂਚਾ ਹੋਵੇ ਪੁਰਾਣੀ ਬੈਂਚ ਹੋਣ ਬਨਾਣਾ ਸਿਸਟਮ ਹੋਵੇ ਲੇਕਿਨ ਉਹਦੇ ਵਿੱਚ ਦੇਸ਼ ਦੇ ਲੋਕਾਂ ਦੇ ਲਈ ਕਾਨੂੰਨ ਬਣਨੇ ਚਾਹੀਦੇ ਆ ਦੇਸ਼ ਦੇ ਹਿੱਤ ਦੀ ਗੱਲ ਹੋਣੀ ਚਾਹੀਦੀ ਹਰ ਵਿਅਕਤੀ ਨੂੰ ਆਪਦੀ ਆਵਾਜ਼ ਬੁਲੰਦ ਕਰਨ ਦਾ ਹੱਕ ਹੋਣਾ ਚਾਹੀਦਾ ਨਾ ਕਿ ਤੁਸੀਂ ਮਖਮਲੀ ਫਰਨੀਚਰ ਮਖਮਲੀ ਉਥੇ ਗਲੀਚੇ ਮਖਮਲੀ ਹੋਣੀਆਂ ਤੁਸੀਂ ਛੱਤਾਂ ਬਹੁਤ ਸਾਰਾ ਅਰਬਾਰ ਪਿਆ ਸੋਹਣੇ ਸੋਹਣੇ ਮਾਰਬਲ ਲਾ ਕੇ ਤੁਸੀਂ ਇਹ ਕਹੋ ਕਿ ਦੇਸ਼ ਦੀ ਮੈਂ ਪਾਰਲੀਮੈਂਟ ਬਣਾਈ ਹੈ ਸੋ ਮੇਰੀ ਤਾਂ ਇਹੀ ਬੇਨਤੀ ਹੈ ਕਿ ਇਹੋ ਜੇ काम ਦੇ ਨਾਲ ਦੇਸ਼ ਹੋਰ ਬਹੁਤ ਨੀਚੇ ਆ ਜਾਏਗਾ ਅੱਜ ਨਸ਼ੇ ਦੇ ਨਾਲ ਇੱਕ ਨੌਜਵਾਨ ਕਬੱਡੀ ਖਿਡਾਰੀ ਦੀ ਮੌਤ ਹੋਈ ਹੈ ਮੁਸਫਰ ਜੀ ਦੇ ਦਫ਼ਨ ਦਾ ਫੰਡਾ ਬੁਕਰ ਤੇ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਪਹਿਲਾਂ ਵੀ ਇਹ ਕਿਹਾ ਸੀ ਔਰ ਅੱਜ ਵੀ ਵਾਰ-ਵਾਰ ਕਹਿਣਾ ਮੈਂ ਦੂਸਰੀਆਂ ਲੋਕਾਂ ਨੂੰ ਤੇ ਦੂਸਰੇ ਪੋਲਿਟਿਸ਼ਨਾਂ ਨੂੰ ਹੌਲੀ-ਹੌਲੀ ਬੰਦੇ ਨੂੰ ਜਦੋਂ ਸਮਝ ਆਉਂਦੀ ਹੈ ਤੇ ਬੰਦਾ ਫਿਰ ਤਰੀਕੇ ਨਾਲ ਉਹ ਮੈਨੂੰ ਲੱਗਦਾ ਉਹ ਰੀ ਲਾਈਨ ਲੈਣੀ ਚਾਹੀਦੀ ਹੈ ਨਾਟ ਕਿ ਪਹਿਲਾਂ ਅਕਾਲੀ ਦਲ ਦੇ ਸਰਕਾਰ ਸੀ ਨਸ਼ਾ ਉਦੋਂ ਵੀ ਬਹੁਤ ਸੀ ਕਾਂਗਰਸ ਦੀ ਸਰਕਾਰ ਆਈ ਨਸ਼ਾ ਫਿਰ ਵੀ ਬਹੁਤ ਆਇਆ ਕੋਸ਼ਿਸ਼ ਕੀਤੀ ਉਹਨੂੰ ਬੰਦ ਕਰਨ ਦੀ ਲੇਕਿਨ ਕੋਈ ਰੋਕਥਾਮ ਹੋਈ ਨਹੀਂ ਇਹ ਨਹੀਂ ਮੈਂ ਕਹਿੰਦਾ ਕਿ ਕਾਂਗਰਸ ਦੇ ਸਮੇਂ ਕਿਸੇ ਨੇ ਰੋਕਥਾਮ ਨਹੀਂ ਕੀਤੀ ਲੇਕਿਨ ਨਸ਼ਾ ਬੰਦ ਨਹੀਂ ਹੋ ਸਕਿਆ ਜਿਸ ਪ੍ਰਕਾਰ ਦੀ ਲੋਕਾਂ ਦੀ ਇੱਛਾ ਸੀਗੀ ਆਮ ਆਦਮੀ ਪਾਰਟੀ ਇਹ ਕਹਿੰਦੀ ਸੀ ਕਿ ਨਸ਼ਾ ਇਵਨ ਮੀਡੀਆ ਵਾਲੇ ਕਈ ਸਾਥੀ ਤਾਂ ਇਹ ਕਹਿੰਦੇ ਕਿ ਰਾਜਾ ਦੇ ਘਰ ਦੇ ਪਾਸ ਰਾਜਾ ਦਿਨਾਲ ਜਾਣ ਬੁੱਝ ਕੇ ਇਹੋ ਜੀਆਂ ਗੱਲਾਂ ਕਿ ਜਾਣ ਬੁੱਝ ਕੇ ਸਾਨੂੰ ਬਦਨਾਮ ਕਰਨ ਦੀਆਂ ਇਹਦੇ ਨਾਲ ਨਸ਼ਾ ਬੰਦ ਨਹੀਂ ਹੋਣਾ ਔਰ ਅੱਜ ਵੀ ਨਸ਼ਾ ਚਰਨ ਸੀਮਾ ਤੇ ਹੁਣ ਛੋਟੇ ਛੋਟੇ ਬੱਚੇ ਕੱਲ ਪਰਸੋ ਵੀਡੀਓ ਆਈ ਸੀ ਮੈਂ ਦੇਖੀ ਸੀ ਕਾਫੀ ਦਿਨ ਹੋ ਗਏ ਔਰ ਸੰਗਰੂਰ ਦਾ ਮੁੰਡਾ ਸੀ ਉਹ ਵਿਚਾਰ ਇੰਜੈਕਸ਼ਨ ਲਾ ਰਿਆ ਸੀ ਇਹ ਕਿਸੇ ਦਾ ਕਸੂਰ ਨਹੀਂ ਹੈ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਨਸ਼ਾ ਫੈਲ ਗਿਆ ਇਹ ਰੇਤੇ ਸਰਕਾਰਾਂ ਨੂੰ ਬਹੁਤ ਕੰਮ ਕਰਨਾ ਚਾਹੀਦਾ ਇਹ ਇੱਕ ਜਿਹੜੀ ਬੇਰੋਜ਼ਗਾਰੀ ਹੈ ਇਹ ਵੀ ਇੱਕ ਇਹਦੇ ਵਿੱਚ ਅਨਪਲੋਇਮੈਂਟ ਹੈ ਜਿਹੜੀ ਇਹ ਵੱਡਾ ਇਹਦਾ ਰੋਲ ਹੈ ਹਰ ਵਿਅਕਤੀ ਨਸ਼ੇ ਦਾ ਕੁਝ ਲੋਕ ਜਦੋਂ ਆਮ ਚੀਜ਼ ਮਿਲਣ ਲੱਗ ਪਏ ਤਸ਼ੌਕੀਆ ਤੌਰ ਤੇ ਵੀ ਇਹ ਕਬੱਡੀ ਪਲੇਅਰ ਜਾਂ ਜਿਹੜੇ ਬੱਚੇ ਆ ਉਹ ਲੱਗੇ ਆ ਸੋ ਮੈਨੂੰ ਲੱਗਦਾ ਕਿ ਇਹਨਾਂ ਆਲਟਰਨੇਟਿਵ ਜਰੂਰ ਸਰਕਾਰ ਨੂੰ ਬੈਠ ਕੇ ਸੋਚਣਾ ਚਾਹੀਦਾ ਇਹਦੇ ਉੱਤੇ ਜੇ ਨਹੀਂ ਕਿਸੇ ਨੂੰ ਸਮਝ ਆਉਂਦੀ ਇਹਦੇ ਤੇ ਕੁਝ ਆਈਏ ਸਫੀਸਰਸ ਕੁਝ ਪੋਲੀਟੀਸ਼ਨ ਕੁਝ ਨਸ਼ਾ ਕਰਨ ਵਾਲੇ ਕੁਝ ਜਿਨ੍ਹਾਂ ਦੇ ਪਰਿਵਾਰ ਗਏ ਐ ਇਹ ਲੋਕ ਬੈਠ ਕੇ ਕਿਤੇ ਨਾ ਕਿਤੇ ਇਹਦੇ ਤੇ ਰੋਜ਼ਾਨਾ ਨਿਰੰਤਰ ਚਰਚਾ ਦੀ ਜ਼ਰੂਰਤ ਹੈ ਔਰ ਚਰਚਾ ਤੋਂ ਬਾਅਦ ਇਹਦੇ ਤੇ ਸਖਤ ਕੋਈ ਕਾਨੂੰਨ ਬਣੇ ਇਹਦਾ ਆਲਟਰਨੇਟਿਵ ਲੈ ਕੇ ਆਇਆ ਜਾਵੇ ਕੋਈ ਨਾ ਕੋਈ ਆਲਟਰਨੇਟਿਵ ਜ਼ਰੂਰ ਹੋਵੇ ਮੈਂ ਨਹੀਂ ਕਹਿੰਦਾ ਵੀ ਲੋਕਾਂ ਨੂੰ ਨਸ਼ੇ ਤੇ ਲਾ ਦਿਓ ਪਹਿਲਾਂ ਲੋਕ ਜਿਹੜੇ ਆ ਸਿੰਥੈਟਿਕ ਡਰੱਗਸ ਨਹੀਂ ਲੈਂਦੇ ਸੀ ਇਹ ਜਿਹੜੀ ਸਿੰਥੈਟਿਕ ਡਰੱਗ ਹੈ ਇਹਰੇ ਨਾਲ ਲੋਕਾਂ ਦੀ ਜਾਨ ਨੂੰ ਖਤਰਾ ਹੈ ਇਹ ਮਹਿੰਗੀ ਬੜੀ ਹੈ ਪਹਿਲਾਂ ਜਿਹੜੇ ਲੋਕ ਮਾੜੀ ਮੋਟੀ ਡਰੱਗਸ ਲੈਂਦੇ ਸੀ ਔਰ ਇਹ ਨਾਲ ਥੋੜਾ ਕੰਮ ਵੀ ਕਰਦੇ ਸੀ ਤੇ ਤੰਦਰੁਸਤ ਵੀ ਰਹਿੰਦੇ ਸੀ ਉਹ ਜਾਨਲੇਵਾ ਨਹੀਂ ਸੀ ਸੁਣ ਉਹ ਜਿਹੜਾ ਨਸ਼ਾ ਸੀਗਾ ਸੋ ਮੈਨੂੰ ਲੱਗਦਾ ਕਿ ਆਲਟਰਨੇਟਿਵ ਲੈ ਕੇ ਆਉਣ ਦੀ ਲੋੜ ਹੈ ਔਰ ਇਹ ਰੇਤੇ ਪੂਰਨ ਸਰਕਾਰ ਨੂੰ ਬੈਠ ਕੇ ਵਿਚਾਰ ਕਰਨ ਦੀ ਲੋੜ ਨਹੀਂ ਹੈ ਇਹ ਨਹੀਂ ਹੈ ਕਿ ਕਬੱਡੀ ਪਲੇਅਰ ਮਰ ਗਿਆ ਮੈਂ ਕਹਾਂ ਹੁਣ ਇਹ ਭਗਵੰਤ ਮਾਨ ਨੇ ਮਾਰਤਾ ਜਾਂ ਫਲਾਣੇ ਨੇ ਮਾਰਤਾ ਇਹ ਆਨ ਗoing ਪ੍ਰੋਸੈਸ ਹੈ ਇੱਕ ਕਬੱਡੀ ਪਲੇਅਰ ਨਹੀਂ ਹੈ ਇਹ ਹਜ਼ਾਰਾਂ ਕਬੱਡੀ ਪਲੇਅਰ ਮਰਨੇ ਇਹ ਹਰ ਘਰ ਦੇ ਵਿੱਚ ਇੱਕ ਨਾ ਇੱਕ ਦਿਨ ਫੈਲਦਾ ਜਦੋਂ ਚੀਜ਼ ਆਮ ਹੋ ਗਈ ਹਰ ਦੁਕਾਨ ਤੇ ਹੋ ਗਈ ਹਰ ਇੱਕ ਦੀ ਜੇਬ ਤੇ ਹੋ ਗਈ ਉਹਨਾਂ ਨੇ ਕਹਿੰਦੇ ਕਿ ਯਾਰ ਚੱਕ ਕੇ ਵੇਖੇ ਰ ਮਜ਼ਾ ਚੱਕ ਕੇ ਵੇਖ ਕੀ ਗੱਲ ਸੋ ਇਹਦਾ ਨੁਕਸਾਨ ਹੋਣਾ ਆਉਣ ਵਾਲੇ ਸਮੇਂ 'ਚ ਜੇ ਹੁਣ ਵੀ ਇਹਦੇ ਤੇ ਪੂਰਨ ਵਿਚਾਰ ਨਾ ਕੀਤਾ ਗਿਆ ਇਹ ਸ਼ਰਮ ਦੀ ਗੱਲ ਨਹੀਂ ਹੈ ਸਰਕਾਰ ਨੂੰ ਇਹਦੇ ਤੇ 100% ਮੁਕੰਮਲ 2-3 ਦਿਨ ਬਹਿਸ ਕਰਨੀ ਚਾਹੀਦੀ ਹੈ ਕੋਈ ਨਿੰਦਾ ਕਰਦਾ ਕਰੀ ਜਾਵੇ ਅਗਰ ਕੋਈ ਨਿੰਦਾ ਵੀ ਕਰਦਾ ਹੈ ਸਰਕਾਰ ਦੀ ਕਈ ਹੁੰਦੇ ਹੈ ਕਿ ਸਰਕਾਰ ਦੇ ਸਮੇ ਜਾਂ ਫਲਾ ਮੈਨੂੰ ਤਾਂ ਯਾਦ ਹੈ ਗਿੱਦੜਬਾਚ ਲੋਕ ਕਹਿੰਦੇ ਕਿ ਬਹੁਤ ਇੱਕ ਦੋ ਬੰਦੇ ਸਾਡਾ ਹੀ ਕ੍ਰਿਟਿਕਾਈਜ਼ ਕਰਦੇ ਸੀ ਹਾਲਾਂਕਿ ਅਸੀਂ ਕਦੇ ਇਹੋ ਜੇ ਕੰਮ ਵਾਲੇ ਨੂੰ ਭੜਾਵਾ ਨਹੀਂ ਦਿੰਦੇ ਅਸੀਂ ਉਹਨੂੰ ਕੋਠੀ ਨਹੀਂ ਵੜ ਦਿੰਦੇ ਆਪਦੀ ਜੇ ਕਿਸੇ ਨੇ ਨਸ਼ਾ ਕੀਤਾ ਵੇ ਬਾਹਰ ਚੱਲ ਸੋ ਇਸੇ ਦੇ ਇਲਜ਼ਾਮ ਲਾਉਣ ਵਾਲੇ ਕੰਮ ਨਹੀਂ ਚੱਲਣਾ ਇਹਦੇ ਤੇ ਚਰਚਾ ਹੋਣੀ ਚਾਹੀਦੀ ਹੈ 2-3 ਦਿਨਾਂ ਦੀ ਵਿਧਾਨ ਸਭਾ ਦੇ ਅੰਦਰ ਇਹਦੇ ਤੇ ਗੰਭੀਰ ਚਰਚਾ ਚਾਹੀਏ ਓਪੋਜੀਸ਼ਨ ਹੈ ਚਾਹੇ ਉਹ ਸਤਾਤਰੀ ਸਰਕਾਰ ਹੈ ਇੱਕ ਦੂਜੇ ਤੇ ਇਲਜ਼ਾਮ ਲਾਉਣ ਦੀ ਬਜਾਏ ਸਾਨੂੰ ਇਹਦਾ ਪੁਖਤਾ ਇੰਤਜ਼ਾਮਤ ਕਰਨਾ ਚਾਹੀਦਾ